राजधानी ओटवा विच जो कोविड दीआं हदायतां खिलाफ प्रदर्शन होए सी उस प्रदर्शन दी अगवाई करन वालियां विचों इक पैट किंग नूं हुण जमानत मिल गई है। राजधानी दी जेल विच किंग करीब 5 महीने तों सी। सोमवार नूं जिन्हां दे लई जमानत नूं मंजूरी दे दित्ती गई। एलजिन स्ट्रीट कोर्ट हाउस दे बाहर वड्डी गिणती लोकां ने किंग दा ताड़ियां ते आजादी दे नारियां दे नाल स्वागत कीता। दो दिन तों जमानत दी अर्जी दे उत्ते विचार चल रहा सी। किंग नूं क्यों छड्डिया गया इसका कारण दसन दे उत्ते पब्लिकेशन बैन लगाया गया अदालत वालों। पहला किंग दी जमानत लई अर्जी नूं रद्द कर दिता गया सी। पैट किंग अल्बर्टा दा वसनीक है जिस नूं के फरवरी 18 नूं गिरफ्तार किया गया सी उस समय जदों कई हफ्ते तो राजधानी ओटवा विच कोविड-19 दे खिलाफ प्रदर्शन चल रहे सन जिस दे उत्ते 4 मामले दर्ज किए गए सी। ते हुण सोमवार नूं जो पैट किंग दी रिहाई हुई है उस दे वास्ते कई शर्तां लाईयां गईयां ने जिस दे विच सब तो पहला ए है कि जिन्नी छेती हो सकदा है 24 घंटे दे समय दे अंदर पैट किंग नूं राजधानी ओटवा नूं छड्ड के जाना पवेगा। इसे नाल ही जदों तक ओह एडमिंटन दे लई फ्लाइट नहीं लै लैंदे उदों तक ओह सुपरविजन दे अधीन रहणगे ते उदों तक ओटवा पुलिस तों अधिकारी कदी वी जाके जिथे ओह रहि रहे होण ਉੱਥੇ ਚੈਕਿੰਗ ਕਰ ਸਕਦੇ ਨੇ ਤੇ ਉਸ ਦੇ ਉੱਤੇ ਇਹ ਵੀ ਹਦਾਇਤ ਲਾਈ ਗਈ ਹੈ ਕਿ ਅਲਬਰਟਾ ਦੇ ਵਿੱਚ ਹੀ ਰਹਿਣਾ ਪਵੇਗਾ ਕਿਉਂਕਿ ਉਹ ਅਲਬਰਟਾ ਵਸਨੀਕ ਹੈ। ਕੰਮ ਦੇ ਉੱਤੇ ਜਾਣ ਲਈ ਵੀ ਸ਼ਰਤਾਂ ਨੂੰ ਮੰਨਣਾ ਪਵੇਗਾ। ਜੋ ਫਰੀਡਮ ਕਨਵੋਏ ਦੇ ਹੋਰ ਲੀਡਰ ਨੇ ਉਹਨਾਂ ਦੇ ਨਾਲ ਕੋਈ ਵੀ ਸੰਪਰਕ ਕਰਨ ਦੇ ਉੱਤੇ ਪਾਬੰਦੀ ਲਾਈ ਗਈ ਹੈ। ਜਨਤਕ ਤੌਰ ਤੇ ਪ੍ਰਦਰਸ਼ਨ ਕੀਤੇ ਜਾਣ ਤੇ ਵੀ ਪਾਬੰਦੀ ਲਾਈ ਗਈ ਹੈ। ਖਾਸ ਤੌਰ ਦੇ ਉੱਤੇ ਕੋਵਿਡ-19 ਦੀਆਂ ਹਦਾਇਤਾਂ ਖਿਲਾਫ ਤੇ ਸਰਕਾਰ ਦੇ ਖਿਲਾਫ ਕੋਈ ਪ੍ਰਦਰਸ਼ਨ ਹੋਵੇ ਉਸ ਦੇ ਵਿੱਚ ਪੈਟ ਕਿੰਗ ਦੇ ਵੱਲੋਂ ਹਿੱਸਾ ਨਹੀਂ ਲਿਆ ਜਾ ਸਕਦਾ। ਅਦਾਲਤ ਨੇ ਪੈਟ ਕਿੰਗ ਤੇ ਇਹ ਵੀ ਪਾਬੰਦੀ ਲਾ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਦੇ, ਨਾ ਹੀ ਕੋਈ ਉਹ ਆਪਣੇ ਵੱਲੋਂ ਸੰਦੇਸ਼ ਦੇ ਸਕਦੇ ਨੇ, ਨਾ ਹੀ ਉਹਨਾਂ ਦੇ ਵੱਲੋਂ ਕੋਈ ਹੋਰ ਸੰਦੇਸ਼ ਪਾ ਸਕਦਾ ਹੈ। ਇਸ ਦੇ ਨਾਲ ਹੀ ਜੋ ਉਹਨਾਂ ਦੀ ਰੀਅਲ ਪੈਟ ਕਿੰਗ ਵੈਬਸਾਈਟ ਹੈ, ਫੇਸਬੁੱਕ ਪੇਜ ਇੱਕ ਤੇ ਨਾਲ ਹੀ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਨੇ ਉਹਨਾਂ ਨੂੰ 48 ਘੰਟੇ ਦੇ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਕਿਸੇ ਵੀ ਮੀਡੀਆ ਨੂੰ ਕੋਈ ਇੰਟਰਵਿਊ ਨਹੀਂ ਦਿੱਤੀ ਜਾ ਸਕਦੀ। ਪੈਟ ਕਿੰਗ ਦੇ ਵੱਲੋਂ ਇਹ ਵੀ ਹਦਾਇਤ ਲਈ ਗਈ ਹੈ ਜਿਨ੍ਹਾਂ ਦੇ ਉੱਤੇ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ। ਇਸ ਦੇ ਨਾਲ ਹੀ ਜੇਕਰ ਪੈਟ ਕਿੰਗ ਨੇ ਕਿਤੇ ਜਾਣਾ ਵੀ ਹੋਵੇ ਤਾਂ ਪਹਿਲਾਂ ਪੁਲਿਸ ਨੂੰ ਸਬੂਤ ਦੇਣੇ ਪੈਣਗੇ ਤੇ ਪੂਰੀ ਜਾਣਕਾਰੀ ਦੇਣੀ ਪਵੇਗੀ ਕਿ ਜੇਕਰ ਪੁਲਿਸ ਆ ਕੇ ਡੋਰ ਨੌਕ ਕਰਦੀ ਹੈ ਉਸ ਸਮੇਂ ਵਿੱਚ ਤਾਂ ਉਸ ਸਮੇਂ ਪੈਟ ਕਿੰਗ ਉੱਥੇ ਮੌਜੂਦ ਨਹੀਂ ਹੋਣਗੇ। ਇਸ ਦੇ ਬਾਰੇ ਪਹਿਲਾਂ ਸ਼ੋਰਟੀ ਦੇਣੀ ਪਵੇਗੀ। ਇਸ ਦੇ ਨਾਲ ਹੀ $25,000 ਦਾ ਕੈਸ਼ ਬੌਂਡ ਭਰਨਾ ਪਵੇਗਾ ਤਾਂ ਕਿ ਇਹ ਗਰੰਟੀ ਦਿੱਤੀ ਜਾ ਸਕੇ ਕਿ ਅਗਲੀ ਵਾਰ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਤੇ ਨਾਲ ਹੀ ਹਥਿਆਰਾਂ ਜਾਂ ਰੌਂਦ ਰੱਖਣ ਦੇ ਉੱਤੇ ਵੀ ਪਾਬੰਦੀ ਲਾਈ ਗਈ ਹੈ। ਜਿਨ੍ਹਾਂ ਸ਼ਰਤਾਂ ਦੇ ਉੱਤੇ ਪੈਟ ਕਿੰਗ ਨੂੰ ਰਿਹਾਅ ਕੀਤਾ ਗਿਆ, ਜ਼ਮਾਨਤ ਦਿੱਤੀ ਗਈ ਹੈ, ਇਹਨਾਂ ਸ਼ਰਤਾਂ ਨੂੰ ਦੇਖਦੇ ਹੋਏ ਜੋ ਪੈਟ ਕਿੰਗ ਦੇ ਸਮਰਥਨ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਵਿਰੋਧ ਵੀ ਸ਼ੁਰੂ ਕਰ ਦਿੱਤਾ ਗਿਆ।